ਸਿਰ ਦੁਖੀ ਹੁੰਦਾ ਮੇਰਾ ਤਾਂ। ਮਹਾਂਪੁਰਖਾਂ ਦੀ ਚਲਾਈ ਹੋਈ ਚਾਲੀ ਜੋ ਗੁਰ ਕਹੇ ਸੋਈ ਭਾਲਾ। ਬਾਬਾ ਸੁਰਜੀਤ ਸਿੰਘ ਸਹਿਬਾਨ ਜੀ ਦਾ ਮਹਾਨ ਮਕਰਾਲਾ ਆਓ ਸਾਰਿਆਂ ਨਾਲ ਬੇਨਤੀਆਂ ਕਰਿਆ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਨੇ ਮਨੁੱਖਾ ਸਰੀਰ ਦੀ ਪ੍ਰਾਪਤੀ ਹੋ ਜਾਣੀ ਮਾਨਸ ਜਨਮ ਦੁਰਲੰਭ ਦੁਰਲੱਭ ਦਾ ਭਾਵ ਹੈ ਕੀਮਤੀ, ਦੁਰਲੱਭ ਦਾ ਭਾਵ ਹੈ ਥੋੜਾ, ਦੁਰਲੱਭ ਦਾ ਭਾਵ ਹੈ ਘੱਟ ਜਿਹਦੀ ਕੋਈ ਕੀਮਤ ਨਾ ਹੋਵੇ। ਮਾਨਸ ਦੇ ਪਾਏ ਭਾਗੀ ਮਨੁੱਖਾ ਸਰੀਰ ਮਿਲਿਆ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਿਆ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਦੁਆਰਾ ਦੁਆਰਾ ਸਮਾਂ ਨਹੀਂ ਮਿਲੇਗਾ, ਫਿਰ ਬਹੁਤੇ ਚੁਲਹਾਰੇ ਹੋ ਮਾਨਸ ਦੇਹ ਨਹੀਂ।